ਦੋ ਧਿਰਾਂ ਲੜਦੇ ਹੋਏ ਵੇਖੋ ਕਿਵੇਂ ਮਾਰੀ ਇਸ ਮੁੰਡੇ ਦੇ ਗੋਲੀ, ਤੇਜ਼ਧਾਰ ਹਥਿਆਰਾਂ ਦੇ ਨਾਲ ਵੱਢ ਤਾਂ ਨੌਜਵਾਨ। ਤਾਂ ਦੱਸ ਦੇ ਕਿ ਬੀਤੀ ਰਾਤ ਪੁਰਾਣੀ ਰੰਜਿਸ਼ ਦੇ ਚੱਲਦੇ ਦੋ ਗੁੱਟਾਂ ਦੇ ਵਿੱਚ ਜੰਮ ਕੇ ਕੁੱਟਮਾਰ ਹੁੰਦੀ ਹੈ, ਤਾਂ ਇਸ ਦੌਰਾਨ ਹਵਾਈ ਫਾਇਰ ਵੀ ਕੱਢੇ ਜਾਂਦੇ ਨੇ, ਤਾਂ ਇੱਕ ਨੌਜਵਾਨ ਇਸ ਦੇ ਵਿੱਚ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋ ਜਾਂਦਾ, ਜਿਸ ਨੂੰ ਕਿ ਇਲਾਜ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ। ਤਾਂ ਮਾਮਲੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁਲਿਸ ਵੀ ਪਹੁੰਚ ਜਾਂਦੀ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ, ਜਿਸ ਦੇ ਵਿੱਚ ਜ਼ਖਮੀ ਸ਼ਖਸ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਦੋਸਤ ਦੇ ਨਾਲ ਵਾਪਸ ਆਪਣੇ ਘਰ ਵੱਲ ਆ ਰਿਹਾ ਸੀ, ਤਾਂ ਜਦ ਰਸਤੇ ਦੇ ਵਿੱਚ ਪਹੁੰਚਿਆ ਤਾਂ ਦੋ ਗੁੱਟਾਂ ਦੇ ਵਿੱਚ ਪਹਿਲਾਂ ਹੀ ਲੜਾਈ ਚੱਲ ਰਹੀ ਸੀ। ਤਾਂ ਜਿਵੇਂ ਹੀ ਉਹ ਉੱਥੇ ਪਹੁੰਚਦਾ ਹੈ ਤਾਂ ਉੱਥੇ ਮੌਕੇ 'ਤੇ ਹਵਾਈ ਫਾਇਰ ਕੱਢੇ ਜਾਂਦੇ ਨੇ, ਤਾਂ ਇੱਕ ਗੋਲੀ ਉਸਦੇ ਵੱਜਦੀ ਹੈ, ਜਿਸ ਤੋਂ ਬਾਅਦ ਉਸਦੀ ਜੰਮ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਨੇ। ਅਤੇ ਨਾਲ ਹੀ ਉਸਨੇ ਦੱਸਿਆ ਕਿ ਮੌਕੇ 'ਤੇ ਕਰੀਬ 5 ਹਵਾਈ ਫਾਇਰ ਕੱਢੇ ਗਏ ਸੀ, ਤਾਂ ਤੇਜ਼ਧਾਰ ਹਥਿਆਰਾਂ ਦੇ ਨਾਲ ਉਸਨੂੰ ਜ਼ਖਮੀ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਪਰਿਵਾਰ ਨੇ ਇਲਾਜ ਦੇ ਲਈ ਉਸਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ। ਤਾਂ ਘਟਨਾ ਦਾ ਪਤਾ ਚੱਲਦੇ ਹੀ ਮੌਕੇ 'ਤੇ ਪੁਲਿਸ ਪਹੁੰਚਦੀ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਕੋਈ ਕੱਲ ਪਰਸੋਂ ਲੜਾਈ ਹੋਈ ਆ ਆਪਸ 'ਚ ਕਿਸੇ ਦੀ, ਉਹ ਅਮਨ ਹੈਗਾ ਜੀ, ਉੱਥੇ ਵੀ ਉਹਨਾਂ ਦੀ ਹੋਈ ਸੀ ਪਹਿਲਾਂ ਲੜਾਈ ਆਪਸ 'ਚ ਹੋਈ ਸੀ, ਅਤੇ ਰਾਤੀਂ ਅਸੀਂ ਕੰਮ ਤੋਂ ਆਈ ਜਾਂਦੇ ਸੀ, 10 ਵਜੇ ਦਾ ਟਾਈਮ ਸੀ, 30-35 ਮੁੰਡੇ ਉੱਥੇ ਉਹਦੇ ਘਰ ਵੜਨ ਵੀ ਚੱਲੇ ਸੀਗੇ ਜੀ, ਉਹ ਤਾਂ ਗਏ ਭੱਜ, ਸਾਡਾ ਆਉਣਾ ਹੋਇਆ ਸੀ, 2 ਜਣੇ ਸੀਗੇ ਜੀ, ਅਸੀਂ ਇੱਕੋ ਪਿੱਛੇ ਮੁੰਡਾ ਹੋਏ, ਅਸੀਂ 2 ਜਣੇ ਸੀਗੇ, ਉਹ ਮਾਰ ਲੱਗ ਗਏ ਸਾਨੂੰ ਉਤਰਦੇ ਸਾਰ, ਕਾਪੇ ਕੁੱਪੇ ਮਾਰ ਲੱਗ ਗਏ ਮੇਰੇ, ਇਹ ਤਾਂ ਉਤਰ ਕੇ ਭੱਜ ਗਿਆ ਜੀ, ਬੁਲਾਣ ਚੱਲ ਗਿਆ ਸਾਰਿਆਂ ਨੂੰ, ਅਤੇ ਉਹਨਾਂ ਇਹ ਜਦੋਂ ਸਾਰੇ ਇਕੱਠੇ ਹੋ ਗਏ ਆਏ ਨਾ ਮੈਨੂੰ ਛੁਡਾਉਣ ਨੂੰ, ਤਾਂ ਉਹਨਾਂ ਨੇ ਗੋਲੀਆਂ ਗੁਲੀਆਂ ਚਲਾਈਆਂ, 6-7 ਤਾਂ ਫਾਇਰ ਕੱਢੇ ਸੀ, ਗੋਲੀ ਗੁਲੀ ਤਾਂ ਨਹੀਂ ਕਿਸੇ ਦੇ ਵਿੱਚ, ਮੈਂ ਬੇਹੋਸ਼ ਹੋ ਗਿਆ, ਕੀ ਪਤਾ ਜੀ ਗੋਲੀ ਵੱਜੇ ਕਿ ਨਹੀਂ ਇਹਨਾਂ ਨੇ, ਉਹਨਾਂ ਦੀ ਹੋਈ ਆ ਆਪਸ 'ਚ, 2 ਦਿਨ ਪਹਿਲਾਂ ਹੋਈ ਸੀ ਉਹਨਾਂ ਦੀ, ਕੋਈ ਗੁਲੀ ਕਾਲੀ ਦਾ ਮਾਮਲਾ ਹੋਊਗਾ ਜੀ, ਪਤਾ ਨਹੀਂ ਹੋਣਾ ਇਹਨਾਂ ਨੇ। ਇਹ ਰਾਤੀ ਕੋਈ ਆਈ ਇੱਧਰ ਕੋਈ ਲੜਾਈ ਝਗੜਾ ਹੋਇਆ ਕੋਈ, ਉਹਦੇ 'ਚ ਇੱਕ ਮੁੰਡਾ ਹੋਸਪਿਟਲ ਐਡਮਿਟ ਹੋਇਆ, ਅਤੇ ਬਾਕੀ ਹੁਣ ਆਪਣਾ ਗਏ ਆ, ਅਤੇ ਕੋਈ 25 ਦੇ ਕਰੀਬ ਗੋਲੀਆਂ ਵੀ ਚੱਲੀਆਂ ਸੀ, ਕੋਈ 2-3 ਖੋਖੇ ਇੱਥੋਂ ਮਿਲੇ ਆ, ਇੱਥੇ ਮਿਲੇ ਆ, ਅਤੇ ਬਾਕੀ ਕਾਪੇ ਕੁੱਪੇ ਸੀ ਉਹਨਾਂ ਕੋਲ, ਮੁੰਡੇ ਦੇ ਕਾਪੇ ਵੀ ਮਾਰੇ ਆ, ਅਤੇ ਉਹਦੇ ਸੱਟਾਂ ਵਜੀਆਂ ਹੋਸਪਿਟਲ 'ਚ ਆ। ਸਾਨੂੰ ਕੋਈ ਆਟਾ ਨਹੀਂ ਚਾਹੀਦਾ, ਸਾਨੂੰ ਕੋਈ ਆਟਾ ਨਹੀਂ ਚਾਹੀਦਾ, ਸਾਨੂੰ ਬਿਜਲੀ ਨਹੀਂ ਚਾਹੀਦੀ, ਕੋਈ ਗੱਲ ਨਹੀਂ, ਅਸੀਂ ਕਮਾਨੇ ਦਿਹਾੜੀ ਮਜ਼ਦੂਰੀ ਕਰਕੇ ਆਪਦਾ ਖਾ ਲਾਂਗੇ, ਠੀਕ ਹੈ ਨਾ। ਜਿਹੜੀ ਲੜਾਈ ਦੰਗਾ ਮੁਹੱਲੇ 'ਚ ਹੋ ਰਹੀ ਹੈ, ਰੋਜ਼ ਡੇਲੀ ਕਤਲੇਆਮ ਸਰੇਆਮ ਹੋ ਰਿਹਾ, ਠੀਕ ਹੈ, ਹਰ ਕਿਸੇ ਧੀ ਭੈਣ ਨੂੰ ਛੇੜ ਰਹੇ ਇੱਥੇ, ਉਹ ਤੁਸੀਂ ਬੰਦ ਕਰੋ, ਆ ਖਤਮ ਕਰਾਓ ਸਾਡਾ, ਠੀਕ ਹੈ ਨਾ। ਇਹ ਕਹਿੰਦੇ ਸੀ ਵੀ ਅਸੀਂ ਸਾਰਾ ਕੁਛ ਸੈੱਟ ਕਰ ਦਾਂਗੇ, ਠੀਕ ਹੈ। ਆਮ ਪਾਰਟੀ ਜਦੋਂ ਦੇ ਸਰੇਆਮ ਹੋਣ ਲੱਗਿਆ, ਠੀਕ ਹੈ, ਗੁੰਡਾਗਰਦੀ ਬਹੁਤ ਜ਼ਿਆਦਾ ਹੋਣੀ, ਇਹਨਾਂ 'ਤੇ ਕੋਈ ਕੰਟਰੋਲ ਨਹੀਂ ਹੋ ਰਿਹਾ, ਠੀਕ ਹੈ, ਇਹਨਾਂ 'ਤੇ ਕੰਟਰੋਲ ਕਰਾਓ, ਤਾਂ ਸਾਨੂੰ ਪਤਾ ਲੱਗੇ ਵੀ ਸਾਡਾ ਮੋਲ ਆਉਣਾ, ਇਸ 'ਤੇ ਮਨਾ ਕੋਈ ਸੁਰੱਖਿਅਤ ਨਹੀਂ ਹੈ ਘੇਰੇ 'ਚ, ਕਿੱਥੋਂ ਦੇ ਜਵਾਕ ਆ ਕੇ ਇੱਥੇ ਮੋਲੇ 'ਚ ਸਾਡੀ 30 ਭੈਣਾਂ ਨੂੰ ਛੇੜਦੇ ਆ ਨਾ, ਇੱਥੇ ਟੱਪਣ ਦਿੰਦੇ ਆ, ਠੀਕ ਹੈ, ਉਹਨਾਂ 'ਤੇ ਤੁਸੀਂ ਕਾਰਵਾਈ ਕਰੋ। ਜਿਵੇਂ ਇਹ ਦੋ ਪਾਰਟੀਆਂ ਸੀ ਆਪਸ 'ਚ ਲੜੀ ਜਾਂਦੀ ਸੀ, ਅਤੇ ਅਸੀਂ ਨਾ ਹਿਸਾਬ ਕਰਾ ਕੇ ਆਈ ਜਾਂਦੇ ਸੀ ਕੰਮ 'ਤੇ, ਅਤੇ ਜਿਵੇਂ ਉਹ ਤਾਂ ਬਚ ਗਏ ਜੀ, ਠੀਕ ਹੈ, ਜਿਵੇਂ ਸਾਡੇ ਉੱਤੇ ਕਹਿੰਦੇ ਇਹ ਵੀ ਨਾਲ ਹੀ ਹੈ ਇਹਨਾਂ ਦੇ, ਅਤੇ ਉਹ ਬਾਬਾ ਇਹ ਮਤਲਬ ਪਿੱਛੇ ਪੈ ਗਏ, ਕਾਪੇ ਕੁੱਪੇ ਮਾਰਨ ਲੱਗੇ, ਮੈਂ ਵੱਜ ਗਿਆ ਸੀ ਉੱਧਰੋਂ ਮੁੰਡਿਆਂ ਨੂੰ ਬੁਲਾ ਲਿਆ, ਠੀਕ ਹੈ, ਅਤੇ ਜਦੋਂ ਅਸੀਂ ਗਏ ਨਾ ਇਹਨੂੰ ਛੁਡਾਉਂਦੇ ਪਏ, ਉਹਨਾਂ ਨੇ ਗੋਲੀਆਂ ਗਾਲੀਆਂ ਬਹੁਤ ਚਲਾਈਆਂ, 35 ਕੁ ਬੰਦੇ ਸੀ, 6-7 ਫਾਇਰ ਕੱਢੇ ਸੀ, ਕਾਫੀ ਕਾਪੇ ਕੁੱਪੇ ਮਾਰੇ ਯਾਰ, ਕੁਛ ਨਹੀਂ, ਉਹ ਤਾਂ ਮੁੰਡੇ ਕੋਲ ਹਿਸਾਬ ਸੂਬ ਕਰਾਉਣ ਆਇਆ ਹੁਣ ਆਪਦੇ, ਅੱਛਾ, ਕੋਈ ਕੰਮ ਕਰਦਾ, ਅੱਛਾ ਜੀ, ਅਤੇ ਉਹ ਜਦੋਂ ਆਏ ਉੱਧਰੋਂ 12-15 ਵੀ ਦੱਸਦੇ ਨੇ, ਅੱਛਾ, ਉਹ ਵੇਖ ਕੇ ਭੱਜਣ ਲੱਗੇ ਉਹ ਸਾਈਡ 'ਚ, ਜਿਵੇਂ ਪਤਾ ਨਹੀਂ ਕੀ ਗੱਲ ਹੋ ਗਈ,
ਉਸ ਹਿਸਾਬ ਨਾਲ ਭੱਜਣ ਲੱਗੇ ਤਾਂ ਉਹ ਵਿਚਾਰੇ ਇਹਨਾਂ ਨੇ ਫੈਰ ਵੀ ਕੀਤੇ ਕਿਤੇ ਫੈਰ ਕੀਤੇ ਉਸ ਤੋਂ ਬਾਅਦ ਉਹ ਭੱਜ ਗਏ ਉਹਨੂੰ ਇੱਕ ਮੁੰਡਾ ਉਹਨਾਂ ਉਹ ਭੱਜਿਆ ਨਹੀਂ ਗਿਆ ਉਹਦੇ ਤੋਂ ਉਹਨੂੰ ਚੱਕ ਕੇ ਲੈ ਗਏ ਨਾਲ ਹੀ ਕੌਣ ਇਹੀ ਮੁੰਡੇ ਜਿਹੜੇ ਇਹਨਾਂ ਰਾਤ ਨੂੰ ਆਏ ਸੀ ਠੀਕ ਹੈ ਉਹਦੇ ਇੱਥੇ ਸੱਟਾਂ ਵੱਜੀਆਂ ਦੋਨੋਂ ਪੈਰ ਵੱਢੇ ਦੋਨੋਂ ਹੱਥ ਵੱਢੇ ਹੋਏ ਉਹ ਪੰਕਜ ਹੈ ਕਿ ਦੂਸਰਾ ਹਾਂ ਪੰਕਜ ਦੂਰ ਕਾਕਾ ਨਾਲ ਕਾਕਾ ਕਹਿੰਦੇ ਠੀਕ ਹੈ ਜਿਹਨੇ ਸੱਟ ਵੱਜੀ ਦਾਖਲ ਹੋਣ ਹਾਂ ਦਾਖਲ ਉਸਦੇ ਪੰਜ ਛੇ ਚਲਾਏ ਕਿਤੇ ਤਾਂ ਇੱਕ ਤਾਰ ਨੇ ਕਿਤੇ ਮੁੰਡਾ ਕੋਈ ਵਿੱਕੀ ਅੱਛਾ ਉਹਦੇ ਸਾਈਡ ਤੋਂ ਲੱਗਿਆ ਉਹ ਅਜੇ ਦਾਖਲ ਨਹੀਂ ਹੋਇਆ ਠੀਕ ਹੈ ਉਹ ਮੇਰੇ ਖਿਆਲ ਇਹ ਕਰੀ ਗਿਆ ਠੀਕ ਹੈ ਉਹਦਾ ਵੀ ਪਤਾ ਕਰਕੇ ਦੱਸਦੇ ਕੌਣ ਹੈ ਠੀਕ ਹੈ ਠੀਕ ਮੈਂ ਤਾਂ ਘਰੇ ਸੀ ਆਪਦੇ ਮੇਰੇ ਕੋਲ ਫੋਨ ਆਇਆ ਫਿਰ ਮੈਂ ਆਇਆ ਉਦੋਂ ਦੇਖਿਆ ਕਹਿੰਦੇ ਹੋਸਪਿਟਲ ਲੈ ਗਏ ਠੀਕ ਹੈ ਹੋਸਪਿਟਲ ਗਿਆ ਉਹਨੂੰ ਹੋਸਪਿਟਲ ਚ ਆਇਆ ਠੀਕ ਹੈ ਇੱਥੇ ਪੂਰਾ ਮਤਲਬ ਪਹਿਰਾ ਲੱਗੇ ਗਸਤ ਲੱਗੇ 20-20 25-25 ਲੰਗੋੜ ਇੱਥੇ ਫਿਰਦੇ ਨੇ ਕਾਪੇ ਤਲਵਾਰਾਂ ਲੈ ਸ਼ਰਿਆਮ ਕੱਲ ਨੂੰ ਕੋਈ ਕੋਈ ਦੂਜਾ ਹੀ ਇਹਨਾਂ ਦੀ ਲਪੇਟ ਦੂਜਾ ਆਮ ਬੰਦਾ ਵੀ ਨਾਗਰਿਕ ਵਿੱਚ ਲਪੇਟ ਚ ਆ ਜਾਂਦੇ ਇਹਨਾਂ ਦੇ ਠੀਕ ਦੂਜਾ ਬੰਦਾ ਵੀ ਇਹਨੇ ਲਪੇਟ ਚ ਆ ਜਾਂਦਾ ਕੋਈ ਮੇਰੇ ਵਰਗਾ ਵੀ ਜਾ ਰਿਹਾ ਉਹਦੇ ਮੰਨ ਲਓ ਕੋਈ ਬਚਾਅ ਵਾਸਤੇ ਭੱਜੂਗਾ ਮੈਨੂੰ ਪਤਾ ਕਿ ਤੁਹਾਡੇ ਕੇ ਕਿੰਨੇ ਰਿਵਾਈਡ ਦੇ ਚੁੱਕੇ ਆ ਚੋਰੀਆਂ ਬਹੁਤ ਹੋ ਚੁੱਕੀਆਂ ਪਈਆਂ ਚੋਰੀਆਂ ਤਾਂ ਘੱਟੋ ਘੱਟ ਦੋ ਚੋਰੀਆਂ ਹੋਈਆਂ ਘੱਟੋ 14-15 ਇੱਥੇ ਚੋਰੀਆਂ ਹੋਈਆਂ ਪਰ ਇਹ ਪਹਿਲੀ ਵਾਰ ਨਵਾਂ ਰਿਵਾਜ ਚੱਲਿਆ ਜੀ ਜਿਹੜਾ ਫਾਇਰ ਕੱਢਣ ਦਾ ਤੇ ਜਿਨ੍ਹਾਂ ਦੇ ਹੌਸਲੇ ਬੁਲੰਦ ਹੋਏ ਫਾਇਰ ਕੱਢਣ ਦੇ ਵਿੱਚ ਸਾਡੀ ਬੇਨਤੀ ਪੁਲਿਸ ਪ੍ਰਸ਼ਾਸਨ ਉਹਨਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ ਜਿਹੜਾ ਅੱਗੇ ਵਾਸਤੇ ਘਟਨਾ ਇੱਥੇ ਨਾ ਹੋਵੇ ਤੇ ਇੱਥੇ ਪਹਿਰਾ ਦਿੱਤਾ ਜਾਵੇ ਕਿਉਂਕਿ ਰਾਤ ਦੇ ਟਾਈਮ ਇਹ ਆਊਟਰ ਏਰੀਆ ਪਤਾ ਨਹੀਂ ਕਿੱਥੋਂ ਦੇ ਆ ਕੇ ਇੱਥੇ ਪਹਿਲਾਂ ਨਸ਼ਾ ਕਰਨਗੇ ਰਾਤ ਦੇ ਟਾਈਮ ਚੋਰੀਆਂ ਕਰਨਗੇ ਚੋਰੀਆਂ ਕਰਨ ਤੋਂ ਬਾਅਦ ਇਹਨਾਂ ਦਾ ਆਪਸੀ ਕੋਈ ਖੁੰਦਕਬਾਜੀ ਹੁੰਦੀ ਫਿਰ ਲੜਾਈਆਂ ਕਰਦੇ ਦੂਜੀ ਗੱਲ ਨਸ਼ਾ ਬਹੁਤ ਵਿਕ ਰਿਹਾ ਇਸ ਏਰੀਆ ਚਿੱਟਾ ਚਿੱਟੇ ਦੇ ਕਸਟਮਰ ਪਿੱਛੇ ਵੀ ਇਹਨਾਂ ਦੀ ਲੜਾਈਆਂ ਹੋ ਰਹੀਆਂ ਪਹਿਲਾਂ ਮੈਂ ਤੁਹਾਨੂੰ 2-3 ਵਾਰੀ ਬਾਈਟ ਦੇ ਚੁੱਕਿਆ ਪਰ ਪ੍ਰਸ਼ਾਸਨ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰ ਰਿਹਾ ਪਰ ਮੈਡਮ ਦੀ ਮੈਂ ਤਾਰੀਫ ਕਰ ਰਿਹਾ SHO CD2 ਦੀ ਸਵੇਰ ਤੋਂ ਜਦੋਂ ਤੋਂ ਉਹਨਾਂ ਨੂੰ ਅਸੀਂ ਮੈਸੇਜ ਦਿੱਤਾ ਰੈਗੂਲਰ ਆਪਦੀ ਕਾਰਵਾਈ ਉਹਨਾਂ ਜਾਰੀ ਰੱਖੀ ਹੈ ਹਾਂ ਅਤੇ ਬੇਨਤੀ ਇਹ ਹੈ ਕਿ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਪਕੜ ਕੇ ਸਖ਼ਤ ਤੋਂ ਸਖ਼ਤ ਲੱਗਦਾ ਨਹੀਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਜ਼ਿਆਦਾ ਹੋ ਗਿਆ ਦੇਖੋ ਜੀ ਮਾਨ ਸਾਹਿਬ ਕਹਿੰਦੇ ਸੀਗੇ ਕਿ ਅਸੀਂ 3 ਮਹੀਨਿਆਂ 'ਤੇ 3 ਸਾਲ ਖਤਮ ਹੋ ਗਏ ਨਸ਼ਾ ਤਾਂ ਬੰਦ ਕਰਨਾ ਨਵੇਂ ਹੋਰ ਹੀ ਰਿਵਾਜ਼ ਚੱਲ ਪਏ ਫਾਇਰ ਵਾਲੇ ਸਾਡੇ ਦੇ ਚੋਰੀਆਂ ਨੋਰਮਲ ਅਜੇ ਤੱਕ ਉਹਦਾ ਕੋਈ ਪਤਾ ਨਹੀਂ ਚੱਲਿਆ ਅਤੇ ਮੇਰੀ ਤਾਂ ਮਾਨ ਸਾਹਿਬ ਅੱਗੇ ਇਹੀ ਬੇਨਤੀ ਹੈ ਕਿ ਥੋੜ੍ਹਾ ਜਿਹੀ ਲੋਕਾਂ ਨੂੰ ਨਿਜਾਤ ਦਿਓ ਇਹ ਜਿਹੜਾ ਤੁਸੀਂ ਕਹਿੰਦੇ ਸੀ ਘਰ ਘਰ ਆਟਾ ਪਹੁੰਚਾਵਾਂਗੇ ਜਾਂ ਕਣਕ ਦੇਵਾਂਗੇ ਜਾਂ ਬਿਜਲੀ ਫ੍ਰੀ ਦੇਵਾਂਗੇ ਬਿਜਲੀ ਪਰਾਲੀ ਬੰਦ ਕਰੋ ਪਰ ਸਾਨੂੰ ਨਸ਼ਿਆਂ ਤੋਂ ਇਹ ਜਿਹੜੇ ਬੱਚੇ ਨਸ਼ਾ ਕਰਕੇ ਕ੍ਰਾਈਮ ਕਰ ਰਹੇ ਆ ਇਹਨਾਂ ਤੋਂ ਬਚਾਓ ਜੀ ਢਾਈ 300 ਲੋਕ ਇਸੇ ਸਰਕਾਰ ਦੇ ਵਿੱਚ ਮੇਰੀ ਗੱਡੀ ਗਵਾ ਲਈ ਅਜੇ ਤੱਕ ਉਹਦਾ ਪਤਾ ਨਹੀਂ ਲੱਗਾ ਜਦੋਂ ਧਰਨੇ ਲੱਗਦੇ ਰਹੇ ਨਾ ਉਦੋਂ ਦੀ ਗੱਲ ਧਰਨੇ ਉੱਤੇ ਜਾਂਦੇ ਰਹੇ ਅਸੀਂ ਉਹਨਾਂ ਨੂੰ ਸਪੋਰਟ ਵੀ ਕੀਤਾ ਇੱਕ ਦੋ ਵੀਡੀਓ ਬਣਾ ਕੇ ਦਿੱਤੀ ਹੈ ਲੇਕਿਨ ਉਹਨਾਂ ਨੇ ਕੋਈ ਸਾਡੀ ਕਾਰਵਾਈ ਨਹੀਂ ਕੀਤੀ ਹੈ ਗੱਡੀ ਸਾਡੇ ਕੋਲ ਬਲੋਰੋ ਕੈਂਪਰ ਸੀ ਮੁਕੇਸ਼ ਜਾਣਦੇ ਨੇ ਆਪਣੇ ਸਾਰਾ ਇਸੇ ਸਰਕਾਰ ਵਿੱਚ ਹੀ ਹੈ ਪਿੱਛੇ 3-3 ਸਾਲ ਹੋ ਗਏ ਸ਼ਹਿਰ ਦੇ ਵਿੱਚੋਂ ਪੰਜਾਬ 'ਚ ਇਹ ਮੱਲਾ ਜ਼ਿਆਦਾ ਬਦਨਾਮ ਹੈ ਜੀ ਮੱਲਾ ਰਾਜੀਵ ਗਾਂਧੀ ਨਗਰ ਜ਼ਿਆਦਾ ਬਦਨਾਮ ਹੈ ਰਾਤੀ ਘਟ ਰਿਹਾ ਇਸ ਪਾਸੇ ਦਾ ਮੈਨੂੰ ਪਤਾ ਨਹੀਂ ਮੈਂ ਤਾਂ ਪਰਲੇ ਪਾਸੇ 0 ਨੰਬਰ ਗਲੀ ਰਹਿੰਦਾ ਪ੍ਰਸ਼ਾਸਨ ਦਾ ਇਹ ਮੰਗ ਕਰਨੇ ਅਸੀਂ ਵੀ ਸਾਨੂੰ ਇੱਥੇ ਸੁੱਖ ਸ਼ਾਂਤੀ ਚਾਹੀਦੀ ਹੈ ਕੋਈ ਚੋਰੀਆਂ ਜਾ ਰਹੀਆਂ ਨੇ ਹੋਣੀਆਂ ਚਾਹੀਦੀਆਂ ਕੋਈ ਧੀ ਭੈਣ ਨੂੰ ਕੋਈ ਛੇੜਨਾ ਨਹੀਂ ਚਾਹੀਦਾ ਕੋਈ ਨਸ਼ੇਬੰਦੀ ਨਹੀਂ ਹੋਣੀ ਚਾਹੀਦੀ ਜੈ ਹਿੰਦ ਜੀ ਸਰ ਅਤੇ ਇਹ ਜਿਹੜੀ ਹੈਗੀ ਇਨਫੋਰਮੇਸ਼ਨ ਸਾਨੂੰ ਮਿਲੀ ਹੈਗੀ ਕਿ ਰਾਜੀਵ ਨਗਰ ਦੇ ਵਿੱਚ ਰਾਤੀ ਕੋਈ 2 ਜਿਹੜੀਆਂ ਧਿਰਾਂ ਨੇ ਆਪਸ ਦੇ ਵਿੱਚ ਲੜੀਆਂ ਨੇ ਅਤੇ ਉਹਦੇ ਵਿੱਚ ਜਿਹੜਾ ਹੈਗਾ ਫਾਇਰ ਆਰਮ ਦਾ ਵੀ ਜਿਹੜਾ ਪ੍ਰਯੋਗ ਹੋਇਆ ਸੋ ਪੁਲਿਸ ਵੱਲੋਂ ਜਿਹੜਾ ਹੈਗਾ ਮੌਕਾ ਦੇਖਿਆ ਗਿਆ ਹੈਗਾ ਮੌਕਾ ਦੇਖਣ ਤੋਂ ਬਾਅਦ ਜਿਹੜਾ ਪਤਾ ਲੱਗਿਆ ਹੈਗਾ ਕਿ ਇਹਦੇ ਵਿੱਚ 2 ਗੁੱਟ ਹੈ ਇੱਕ ਜਗਰਾਜ ਐਂਡ ਇੱਕ ਕਾਕੂ ਵਾਲਾ ਇਹ ਇਹਨਾਂ ਦੋਨਾਂ ਗਰੁੱਪਸ ਨੇ ਜਿਹੜਾ ਹੈਗਾ ਝਗੜਾ ਕੀਤਾ ਆਪਸੀ ਅਤੇ ਉੱਥੇ ਫਾਇਰ ਵੀ ਹੋਏ ਨੇ ਇਹ ਜੋ ਹੁਣ ਤੱਕ ਦੀ ਸਾਡੀ ਇਨਫੋਰਮੇਸ਼ਨ ਹੈ ਕਿ ਕਿਸੇ ਨੂੰ ਵੀ ਫਾਇਰ ਆਰਮ ਇੰਜਰੀ ਕਿਸੇ ਤਰ੍ਹਾਂ ਦੀ ਹੈਗੀ ਹੈ ਜਿਹੜੀ ਨਹੀਂ ਆਈ ਹੈਗੀ ਅਤੇ ਇੱਕ ਜਿਹੜਾ ਹੈਗਾ ਵਿੱਚੋਂ ਇੱਕ ਸਾਡਾ ਵਿਕਟਮ ਪੰਕਜ ਹੈਗਾ ਜਿਹੜਾ ਉਹ ਚਿਹਰੇ ਇਲਾਜ ਹੈਗਾ ਉਸ 'ਤੇ ਕੋਈ ਫਾਇਰ ਆਰਮ ਇੰਜਰੀ ਨਹੀਂ ਹੈਗੀ
ਸਿੰਪਲ ਇੰਜਰੀਜ਼ ਨੇ ਅਤੇ ਉਸ ਤੋਂ ਮੌਕੇ ਤੋਂ ਜੋ ਹੋਰ ਉੱਥੇ ਗਵਾਹ ਨੇ ਜਾਂ ਹੋਰ ਨੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਿਹੜੇ ਇਹਦੇ ਵਿੱਚ ਦੋਸ਼ੀ ਨੇ ਉਹਨਾਂ ਨੂੰ ਰਾਊਂਡ ਅਪ ਕਰਨ ਦੀ ਜਿਹੜੀ ਹੈਗੀ ਹੈ ਕੋਸ਼ਿਸ਼ ਜਾ ਰਹੀ ਹੈਗੀ ਅਤੇ ਸਾਨੂੰ ਉਹਦੇ ਵਿੱਚ ਕੁਛ ਹੱਦ ਤੱਕ ਸਫਲਤਾ ਵੀ ਮਿਲੀ ਹੈ ਜਿਸ ਬਾਰੇ ਡਿਟੇਲਸ ਹੈਗੇ ਜਿਹੜੇ ਤੁਹਾਨੂੰ ਬਾਅਦ ਵਿੱਚ ਆਪਾਂ ਦੱਸਾਂਗੇ।